ਸਲਾਮ ਅਲੈਕੁਮ ਵੀਰ। ਕਿਸੇ ਵੀਰ ਆਖਿਆ ਸੀ ਕਿ ਆਪਣੇ ਸੀਨੇ 'ਤੇ ਝੰਡਾ ਲਾ ਕੇ ਪਿਆ ਕਰੋ, ਅਤੇ ਉਹ ਝੰਡਾ ਤਾਂ ਮੈਨੂੰ ਮਿਲ ਨਹੀਂ ਸਕਿਆ। ਮੈਂ ਚਿੱਟੇ ਲੀੜੇ ਪਾ ਕੇ ਸਬਜ਼ੇ ਅੱਗੇ ਬਹਿ ਗਿਆ, ਅਤੇ ਇਹ ਸਬਜ਼ ਲਾਲੀ ਪਰਚਮ ਹੀ ਬਣ ਗਿਆ ਸਾਰਾ। ਅਤੇ ਅਸੀਂ ਪੰਜਾਬੀ ਇੰਜ ਦੇ ਪਾਕਿਸਤਾਨੀ ਹਾਂ। ਹੁਣ ਅਗਲੀ ਗੱਲ ਕਰੀਏ। ਵੇਖੋ, ਇੱਕ ਜੇ ਕੋਈ ਬੰਦਾ ਆਪਣੀ ਕੌਮ ਜਾਂ ਆਪਣੀ ਧਰਤੀ ਲਈ ਲੜੇ ਤਾਂ ਉਹਨੂੰ ਸੂਰਮਾ ਆਖਿਆ ਜਾਂਦਾ। ਜੇ ਕੋਈ ਬੰਦਾ ਜ਼ਰ ਜ਼ਮੀਨ ਵਾਸਤੇ, ਜ਼ਾਤੀ ਨਜਾਇਜ਼ ਖਾਹਿਸ਼ਾਤ ਵਾਸਤੇ ਲੜੇ, ਕਿਸੇ ਨੂੰ ਕਤਲ ਕਰੇ, ਉਹਨੂੰ ਕਾਤਲ ਆਖਿਆ ਜਾਂਦਾ। ਬਦਕਿਸਮਤੀ ਨਾਲ ਸਾਡੇ ਪੰਜਾਬੀਆਂ 'ਚ ਸੂਰਮੇ ਤਾਂ ਨਵੇਂ ਜੰਮੇ ਨਹੀਂ, ਕਾਤਲ ਜ਼ਰੂਰ ਜੰਮ ਪੈ ਰਹੇ। ਅਸੀਂ ਪੈਗਾਮ ਇਹ ਸਮਝੇ ਹਾਂ ਕਿ ਅੱਜ ਤੱਕਰ ਅਸੀਂ ਕੋਈ ਸਬਕ ਨਹੀਂ ਲਿਆ। ਅਸੀਂ ਸਮਝੇ ਸਿਰਫ ਇੰਨੀ ਗੱਲ ਆ ਵੀ ਗੁਆਂਢੀਆਂ ਨਾਲ ਲੜਨਾ, ਉਹਨਾਂ ਗੁਆਂਢੀਆਂ ਨਾਲ, ਗੁਆਂਢੀ ਗੈਰ ਪੰਜਾਬੀਆਂ ਨੂੰ ਦੱਸੀ ਜਾਣ ਨਾਲ ਨਾਲ ਹਮਸਾਏ ਨੂੰ ਆਖਦੇ ਨੇ। ਅਤੇ ਅਸੀਂ ਗੁਆਂਢੀਆਂ ਨਾਲ ਲੜਨਾ ਪਸੰਦ ਕਰਦੇ ਹਾਂ ਅਤੇ ਗੈਰਾਂ ਅੱਗੇ ਲੰਮੇ ਪੈ ਜਾਂਦੇ ਹਾਂ। ਸਾਡੇ ਲਾਹੌਰ ਦੀ ਮੇਰਾ ਸ਼ਹਿਰ ਜਿਹੜਾ, ਇਹਦਾ ਵੀ ਇਹੀ ਹਾਲ ਹੈ। ਇਹਨੇ ਮਾਂ ਬੋਲੀ ਦੇ ਕਤਲ 'ਚ ਬੜਾ ਮਰਕਜ਼ੀ ਕਿਰਦਾਰ ਅਦਾ ਕੀਤਾ ਹਮੇਸ਼ਾ। ਹੁਣ ਤੁਸੀਂ ਦੇਖੋ ਕਿ ਜਿਹੜੇ ਦੂਰੋਂ ਆਏ ਨੇ ਉਹਨਾਂ ਦੀ ਬੋਲੀ ਤਾਂ ਅਡਾਪਟ ਕਰ ਲਈ, ਆਪਣੀ ਮਾਂ ਬੋਲੀ ਵਾਸਤੇ ਕੋਈ ਜੱਦੋਜਹਿਦ ਨਹੀਂ ਹੈ। ਔਰ ਜਿਹੜਾ ਸਾਡੀ ਦੁਸ਼ਮਣੀ ਵੀ ਹੁੰਦੀ ਉਹ ਆਂਢ ਗੁਆਂਢ 'ਚ ਹੁੰਦੀ ਸਾਡੇ ਓਵਰਆਲ ਪੰਜਾਬੀਆਂ ਦੀ, ਉਹਨਾਂ ਗੁਆਂਢੀਆਂ ਵਾਸਤੇ ਜਿਨ੍ਹਾਂ 'ਚ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸਾਂ ਨੇ, ਉਹ ਹਮਸਾਏ ਦੇ ਹਕੂਕ ਦੱਸੇ ਜਾਂਦੇ ਨੇ। ਅਸੀਂ ਉਹਨਾਂ ਨਾਲ ਲੜ ਪੈਂਦੇ ਹਾਂ, ਲੇਕਿਨ ਜਿਹੜੇ ਦੂਜੇ ਨੇ, ਦੂਜੇ ਤੀਜੇ ਨੇ, ਜਿਹੜੇ ਗੈਰ ਨੇ, ਉਹਨਾਂ ਅੱਗੇ ਵਿਛ ਜਾਂਦੇ ਹਾਂ। ਇਹਨੂੰ ਜ਼ਿੰਦਾ ਦਿਲੀ ਨਹੀਂ ਆਖਦੇ। ਮੈਂ ਲਾਹੌਰੀਆਂ ਨੂੰ ਦੱਸਣਾ ਚਾਹ ਰਿਹਾ, ਇਹਨੂੰ ਜ਼ਿੰਦਾ ਦਿਲੀ ਨਹੀਂ ਆਖਦੇ। ਤੁਹਾਨੂੰ ਮਾੜਾ ਲੱਗੇਗਾ ਜੇ ਮੈਂ ਕੋਈ ਮਾੜਾ ਅੱਖਰ ਵਰਤਿਆ। ਬਹਰਹਾਲ ਇਹਨੂੰ ਜ਼ਿੰਦਾ ਦਿਲੀ ਨਹੀਂ ਆਖਦੇ, ਇਹ ਜ਼ਿੰਦਾ ਦਿਲੀ ਨਹੀਂ ਹੁੰਦੀ। ਇਹ ਜਦੋਂ ਤੁਸੀਂ ਆਪਣਿਆਂ ਨਾਲ ਲੜੋ, ਆਪਣੇ ਘਰ ਨਾਲ ਬੇਵਫਾਈ ਕਰੋ, ਆਪਣੀ ਮਿੱਟੀ ਦੀ ਨਮਕ ਹਰਾਮੀ ਕਰਕੇ ਕਿਸੇ ਹੋਰ ਮਿੱਟੀ ਦੀ ਨਮਕ ਲਾਲੀ ਕਰਦੇ ਪਿਆ ਹੋਵੋ, ਤਾਂ ਇਹ ਜ਼ਿੰਦਾ ਦਿਲੀ ਨਹੀਂ ਹੁੰਦੀ। ਅਤੇ ਜ਼ਿੰਦਾ ਦਿਲਾਨੇ ਲਾਹੌਰ ਜਿਹੜਾ ਉਰਦੂ ਦਾ ਸ਼ਬਦ ਹੈ, ਇਹਦੇ ਵਿੱਚ ਮੈਂ ਦੱਸ ਰਿਹਾ ਕਿ ਇਹ ਕੋਈ ਜ਼ਿੰਦਾ ਦਿਲੀ ਨਹੀਂ ਜਿਹੜੀ ਤੁਸੀਂ ਮੱਲੀ ਫਿਰਦੇ ਹੋ ਅਤੇ ਬੜੇ ਇਹਦੇ 'ਤੇ ਫੁੱਲੇ ਰਹਿੰਦੇ ਜੇ, ਬਲਕਿ ਸ਼ਰਮਿੰਦਗੀ ਜਿਹੜੀ ਤੁਸੀਂ ਮੱਲੀ ਬੈਠੇ ਹੋ। ਤੁਸੀਂ ਆਪਣੀ ਮਾਂ ਬੋਲੀ ਦਾ ਕੁਛ ਨਹੀਂ ਮੋੜਿਆ, ਪੰਜਾਬ ਨੇ, ਪੰਜਾਬੀਆਂ ਨੇ ਤੁਹਾਡੇ ਸਿਰ 'ਤੇ ਪੱਗ ਰੱਖੀ, ਤੁਸੀਂ ਉਹਦਾ ਮਾਨ ਸਮਾਨ ਨਹੀਂ ਰੱਖਿਆ। ਤੁਸੀਂ ਉਲਟਾ ਜਿੱਥੇ ਵੀ ਪੰਜਾਬ ਦੀ ਮਾਂ ਬੋਲੀ ਦੀ ਗੱਲ ਹੁੰਦੀ ਹੈ ਉੱਥੇ ਤੁਸੀਂ ਮਾਂ ਬੋਲੀ ਦੀ ਮੁਖਾਲਫਤ ਕਰਕੇ ਅਤੇ ਉਰਦੂ ਨੂੰ ਚਿੰਬੜ ਜਾਂਦੇ ਜੇ। ਹੁਣ ਗੱਲ ਇਹ ਵੇ ਕਿ ਹੁਣੇ ਕਿਸੇ ਬੇਲੀ ਮੈਨੂੰ ਆਖਿਆ ਕਿ ਜੀ ਤੁਸੀਂ ਜਦੋਂ ਇਲੈਕਸ਼ਨ ਲੜਿਆ ਸੀ ਉਦੋਂ ਤਾਂ ਤੁਸੀਂ ਇਹ ਗੱਲ ਨਹੀਂ ਸਾਜੇ ਕਰਦੇ। ਗੱਲ ਇਹ ਵੇ ਕਿ ਇੱਕ ਹੋਰ ਮੈਂ ਪੰਜਾਬੀ ਦਾ ਅੱਖਰ ਤੁਹਾਨੂੰ ਦੱਸਦਾ ਜਾਂ, ਖਾਸ ਪੇਂਡੂ ਅਤੇ ਲੇਬਰ ਤਬਕੇ ਦੀ ਪੰਜਾਬੀ ਦਾ ਗਵੇੜ। ਗਵੇੜ ਦਾ ਮਤਲਬ ਹੁੰਦਾ ਅੰਦਾਜ਼ਾ। ਇਹ ਗਵੇੜ ਤਾਂ ਅਸੀਂ ਬੜਾ ਪਹਿਲੇ ਹੀ ਲਾ ਲਿਆ ਸੀ ਮੇਰੇ ਜਿਹਾ, ਮੈਂ ਖਾਸ ਤੌਰ 'ਤੇ ਮੈਂ ਲਾਇਆ ਸੀ, ਹੋਰਾਂ ਵੀ ਲਾਇਆ ਹੋਣਾ ਵੀਰਾਂ ਨੇ ਜਿਹੜੇ ਸਮਝਦੇ ਨੇ ਮਸਾਇਲ ਨੂੰ, ਕਿ ਇਹ ਸਾਡੇ ਮੋਢਿਆਂ 'ਤੇ ਰੱਖ ਕੇ ਅਕਲੀਅਤ ਦੀ ਜ਼ਬਾਨ ਨੂੰ ਅਕਸਰੀਅਤ ਦੀ ਜ਼ਬਾਨ ਬਣਾਇਆ ਜਾਂਦਾ ਹੈ। ਇਸ ਗੱਲ ਦਾ ਸਾਨੂੰ ਬੜੇ ਚਿਰ ਦਾ ਅੰਦਾਜ਼ਾ ਸੀ, ਬੜੇ ਵਰ੍ਹਿਆਂ ਦਾ ਅੰਦਾਜ਼ਾ ਸੀ। ਲੇਕਿਨ ਇਹਨੂੰ ਬਹਰਹਾਲ ਜਿਹੜੀ ਯਕੀਨ ਦੀ ਸੂਰਤ ਦਿੱਤੀ ਉਹ ਦਿੱਤੀ ਮੁਰਾਦ ਰਾਸ ਨੇ, ਜਿਸ ਦਿਨ ਉਹਨੇ ਮੇਰੀ ਮਾਂ ਬੋਲੀ ਨੂੰ, ਜਿਹੜੀ ਕਿ ਅਕਸਰੀਅਤ ਦੀ ਮਾਂ ਬੋਲੀ, ਉਹਨੇ ਆਖਿਆ ਇਹ ਛੋਟੀਆਂ ਛੋਟੀਆਂ ਜ਼ੁਬਾਨਾਂ ਨੇ ਅਤੇ ਇੱਥੇ ਪੰਜਾਬੀ ਵੀ ਹੈ ਅਤੇ ਇੱਥੇ ਸਰਾਇਕੀ ਵੀ ਹੈ। ਵੇਖੋ, ਸਾਡੀ ਮਾਂ ਬੋਲੀ ਦੇ ਵਿੱਚੋਂ ਨਵੀਆਂ ਲਹਿਜੇ ਜਾਂ ਇਹ ਕਹਿ ਲਓ ਕਿ ਸਾਡੀ ਜ਼ਬਾਨ ਦੇ ਵਿੱਚੋਂ, ਸਾਡੀ ਪੰਜਾਬੀ ਜ਼ਬਾਨ ਦੇ ਵਿੱਚੋਂ, ਇਹ ਬੋਲੀਆਂ ਦੀ ਜ਼ਬਾਨ ਹੈ, ਇਹਦੇ ਵਿੱਚੋਂ ਬੋਲੀ ਕੱਢ ਕੇ ਉਹਨੂੰ ਲਹਿਜ਼ਾ ਜ਼ਬਾਨ ਦਾ ਦਰਜਾ ਦੇ ਕੇ ਅਤੇ ਫਿਰ ਆਖਣਾ ਇਹ ਛੋਟੀ ਜ਼ਬਾਨ ਹੈ, ਅਤੇ ਫਿਰ ਮੈਂ ਮਜਬੂਰ ਹਾਂ ਵੀਰ, ਮੈਨੂੰ ਉਰਦੂ ਨਾਲ ਕੋਈ ਵੈਰ ਨਹੀਂ। ਮੈਂ ਤੁਹਾਨੂੰ ਦੱਸਦਾ ਜਾਂ ਕੱਲ੍ਹ ਨੂੰ ਕੋਈ ਆਖੇ ਕਿ ਨਹੀਂ ਦੱਸਿਆ, ਮੇਰੀ ਬੀਵੀ ਉਰਦੂ ਸਪੀਕਿੰਗ ਹੈ ਨਜੀਬਲ ਤਰਫੈਨ ਆਪਣੇ ਮਾਪਿਆਂ ਵੱਲੋਂ। ਉਹਦੇ ਵਾਲਦ ਵੀ UPCP ਦੇ ਨੇ,
ਉਹਦੀ ਵਾਲਦਾ ਵੀ ਯੂ ਪੀ ਸੀ ਪੀ ਤੋਂ ਸਨ। ਮੇਰੀ ਇੱਕ ਹੋਰ ਭਰਜਾਈ ਉਰਦੂ ਸਪੀਕਿੰਗ ਤੋਂ ਹੈ, ਅਤੇ ਐਸੀ ਤਾਸਬ ਵਾਲੀ ਗੱਲ ਕੋਈ ਨਹੀਂ, ਪਰ ਜਦੋਂ ਕੋਈ ਮੇਰੀ ਮਾਂ ਬੋਲੀ ਨੂੰ ਛੋਟਾ ਆਖੇਗਾ ਤਾਂ ਮੈਂ ਫਿਰ ਅਸਲੀਅਤ ਤਾਂ ਦੱਸਣ 'ਤੇ ਮਜਬੂਰ ਹਾਂ ਨਾ, ਫਿਰ ਮੈਂ ਮਜਬੂਰ ਹਾਂ ਦੱਸਣ 'ਤੇ ਕਿ ਉਰਦੂ 8% ਦੀ ਜ਼ਬਾਨ ਹੈ। ਫਿਰ ਮੈਂ ਦੁਨੀਆ ਅੱਗੇ ਉਹਦੀ ਹਕੀਕਤ ਤਾਂ ਰੱਖਣ 'ਤੇ ਮਜਬੂਰ ਹਾਂ ਨਾ। ਜਦੋਂ ਤੁਸੀਂ ਮੇਰੀ ਜਦੋਂ ਵਜ਼ੀਰ ਤਲੀਮ ਪੰਜਾਬ ਦਾ ਇਹ ਬੇਸ਼ਰਮੀ ਮੱਲ ਕੇ ਆਖੇ ਕਿ ਮੇਰੀ ਮਾਂ ਬੋਲੀ ਛੋਟੀ ਹੈ, ਔਰ ਵਿੱਚੋਂ ਸਾਜ਼ਿਸ਼ੀ ਬੋਲੀਆਂ ਕੱਢ ਕੇ ਉਹਨਾਂ ਨੂੰ ਜ਼ਬਾਨਾਂ ਬਣਾ ਕੇ ਆਖੇ, ਤਾਂ ਫਿਰ ਮੈਂ ਮਜਬੂਰ ਹਾਂ ਦੱਸਣ 'ਤੇ ਦੁਨੀਆ ਨੂੰ, ਸਾਰੀ ਦੁਨੀਆ ਨੂੰ, ਕਿ ਦੁਨੀਆ ਦੀ ਨੌਵੀਂ ਵੱਡੀ ਜ਼ਬਾਨ ਨੂੰ ਮੇਰਾ ਵਜ਼ੀਰ ਤਲੀਮ, ਮੇਰੇ ਪੰਜਾਬ ਦਾ ਵਜ਼ੀਰ ਤਲੀਮ ਮੇਰੀ ਮਾਂ ਬੋਲੀ ਨੂੰ, ਇਸ ਸੂਬੇ ਦੀ ਮਾਂ ਬੋਲੀ ਨੂੰ ਛੋਟੀ ਜ਼ਬਾਨ ਆਖ ਰਿਹਾ, ਜਿਹੜਾ ਕਿ 62% ਦਾ ਸੂਬਾ ਹੈ, ਅਤੇ ਮੈਂ ਦੱਸਣ 'ਤੇ ਮਜਬੂਰ ਹਾਂ। ਹੁਣ ਉਰਦੂ ਸਪੀਕਿੰਗ ਵੀਰ ਜਿਹੜੇ ਨੇ ਉਹ ਇਸ ਗੱਲ ਦਾ ਮਾਇੰਡ ਕਰ ਰਹੇ ਨੇ ਕਿ ਜੀ ਨਹੀਂ ਤੁਸੀਂ ਉਰਦੂ ਦੇ ਨਾਲ ਮੁਕਾਬਲਾ ਲਾ ਕੇ ਕਰ ਰਹੇ ਹੋ, ਤੁਸੀਂ ਆਪਣੀ ਦਾ ਮੁਤਾਲਬਾ ਕਰੋ। ਅਸੀਂ ਵੀਰ ਆਪਣੀ ਦਾ ਮੁਤਾਲਬਾ ਕਿਵੇਂ ਕਰੀਏ? ਅਸੀਂ ਇਹ ਗਵੇੜ ਵਰ੍ਹਿਆਂ ਦਾ ਲਾਇਆ ਹੈ, ਗਵੇੜ ਵੀ ਨਹੀਂ, ਯਕੀਨ ਹੀ ਸੀ ਪਹਿਲੇ ਦਿਨ ਤੋਂ ਹੀ ਕਿ ਇਹ 62% ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਈ ਜਾਂਦੀ ਹੈ ਅਕਸਰੀਅਤ ਦੇ ਉੱਤੇ। ਜਦੋਂ ਤੀਕਰ ਰਾਬਤੇ ਦੀ ਜ਼ਬਾਨ 'ਤੇ ਤੁਸੀਂ ਕਾਇਮ ਰਹੋਗੇ ਅਸੀਂ ਮੰਨੀ ਰੱਖਾਂਗੇ, ਉਹ ਸਾਡੇ ਬਾਨੀਏ ਪਾਕਿਸਤਾਨ ਦਾ ਫਰਮਾਨ ਸੀ, ਅਸੀਂ ਉਹਨੂੰ ਮੰਨੀ ਰੱਖਾਂਗੇ। ਜੇ ਤੁਸੀਂ ਆਖੋਗੇ ਕੌਮੀ ਜ਼ਬਾਨ ਹੈ ਪੰਜਾਬ ਦੀ, ਤਾਂ ਇਹ ਗਲਤ ਲਾਮ ਇਸਲਾਹ ਹੈ, ਜਨਾਹ ਸਾਹਿਬ ਇਹ ਜ਼ਬਾਨ ਇਹ ਨਹੀਂ ਆਖਿਆ, ਉਹਨੂੰ ਉਹਨਾਂ ਇਹਨੂੰ ਲਿੰਗੂਆ ਫਰੈਂਕਾ ਆਖਿਆ, ਉਹਨਾਂ ਕੌਮੀ ਜ਼ਬਾਨ ਨਹੀਂ ਆਖਿਆ। ਅਤੇ ਸਾਨੂੰ ਜ਼ਬਰਦਸਤੀ ਇਹਦੀਆਂ ਚੀਜ਼ਾਂ ਮਨਵਾਉਣ ਦੀ ਕੋਸ਼ਿਸ਼ ਨਾ ਕਰੋ ਜਿਹੜੀਆਂ ਪਾਕਿਸਤਾਨ ਦੀ ਬੁਨਿਆਦ 'ਚ ਸ਼ਾਮਿਲ ਨਹੀਂ ਨੇ। ਪਾਕਿਸਤਾਨ ਦੀ ਬੁਨਿਆਦ 'ਚ 4 ਇਕਾਈਆਂ ਸਨ, 4 ਬੁਨਿਆਦੀ ਇਕਾਈਆਂ, ਸਿੰਧ, ਬਲੋਚਿਸਤਾਨ, ਉਸ ਵਕਤ ਦਾ ਫਰੰਟੀਅਰ ਪ੍ਰੋਵਿੰਸ ਅੱਜ ਦਾ ਪਖਤੂਨਖਵਾ ਅਤੇ ਪੰਜਾਬ। ਇਸ ਤੋਂ ਵੱਧ ਕਿਸੇ ਇਹਨਾਂ ਦੇ ਵਿੱਚੋਂ ਅਸੀਂ ਕਿਸੇ ਵੀ ਇਕਾਈ ਦੀ ਮੁਜ਼ੰਮਤ ਕਰਾਂਗੇ। ਅਸੀਂ ਸਿੰਧ ਟੁੱਟਣ, ਸਿੰਧੀ ਤਾਂ ਹੁਣ ਬਹੁਤ ਹੀ ਬਾਅਦ ਸਿੰਧੀ ਜਿਹੜੇ ਨੇ ਉਹ ਬਸ਼ਰਮੀ ਮੱਲੀ ਖਲੋਤੇ ਨੇ ਭਾਈ ਨੇ ਸਾਡੇ, ਅਸੀਂ ਕਹਿੰਦੇ ਹਾਂ ਕਿ ਸਭ ਤੋਂ ਜ਼ਿਆਦਾ ਨੇੜੇ ਸਾਡੇ ਸਿੰਧੀ ਨੇ ਕਿਉਂਕਿ ਅਸੀਂ ਇੱਕੋ ਧਰਤੀ ਦੇ ਵਾਸੀ ਹਾਂ। ਲੇਕਿਨ ਉਹ ਪੰਜਾਬ ਦੀ ਤਕਸੀਮ 'ਚ ਔਰ ਬਾਦਸ਼ਾਹ ਉਹਨਾਂ ਦੀਆਂ ਖਿਲੀਆਂ ਨੇ ਇਸ ਵਕਤ ਲਾਲਚ 'ਚ ਕਿ ਸਰਾਇਕੀ ਸੂਬਾ ਬਣੇਗਾ ਅਤੇ ਅਸੀਂ ਉਹ ਸਿੰਧ ਵੱਡਾ ਕਰ ਲਾਂਗੇ, ਗ੍ਰੇਟਰ ਸਿੰਧ ਵੇਖ ਲਾਂਗੇ। ਅਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਪੰਜਾਬ ਹੈ, ਇਹ ਇਸ ਵਕਤ ਇਹ ਪਾਕਿਸਤਾਨ ਦਾ ਪੰਜਾਬ ਹੈ, ਇਹ ਕੋਈ ਰਾਜਾ ਦਾਇਰ ਦੀ ਸਲਤਨਤ ਨਹੀਂ ਹੈ। ਠੀਕ ਹੈ, ਇਹ ਰਾਜਾ ਦਾਇਰ ਦੀ ਸਲਤਨਤ ਨਹੀਂ ਹੈ, ਨਾ ਉਸ ਤੋਂ ਪਹਿਲੇ ਦੀ ਸਲਤਨਤ ਹੈ, ਨਾ ਉਸ ਤੋਂ ਬਾਅਦ ਦੀ ਸਲਤਨਤ ਹੈ। ਇਹ 1947 'ਚ ਵਜੂਦ 'ਚ ਆਉਣ ਵਾਲੀ ਸਲਤਨਤ ਹੈ, ਇਹ ਉਹ ਰਿਆਸਤ ਹੈ ਜਿਹੜੀ 1947 'ਚ ਜਨਾਹ ਸਾਹਿਬ ਨੇ ਵਜੂਦ 'ਚ ਲਿਆਂਦੀ। ਠੀਕ ਹੈ, ਵਰਨਾ ਸਾਡੇ ਕੋਲ ਰਾਜਾ ਦਾਇਰ ਤੋਂ ਪੁਰਾਣੇ ਰੈਫਰੈਂਸ ਵੀ ਹੈ ਨੇ, ਅਤੇ ਕੋਈ ਸਿੰਧੀ ਉਹਨਾਂ ਦਾ ਜਵਾਬ ਨਹੀਂ ਦੇ ਸਕਦਾ। ਅਸੀਂ ਇਸ ਧਰਤੀ ਨੂੰ ਸਮਝਨੇ, ਸਪਤ ਸਿੰਧੂ ਤੋਂ ਬਿਲੋਂਗ ਕਰਦੀ, ਸਪਤ ਸਿੰਧੂ ਦਾ ਜਿਹੜਾ ਏਰੀਆ ਸੀ ਉਹ 1,00,000 ਮਰੱਬਾ ਮੀਲ ਸੀ, ਅਤੇ ਫਿਰ ਚੰਗੇ ਰਹਿਣਗੇ ਕਿ ਜੇ ਅਸੀਂ ਹੁਣ ਫਿਰ ਆਖਣਾ ਸ਼ੁਰੂ ਕਰ ਹੀ ਦਿੱਤਾ, ਅਤੇ ਫਿਰ ਚੰਗੇ ਰਹਿ ਗਏ ਨੇ ਕਿ ਹੁਣ ਅਸੀਂ ਸਮਝਨੇ ਹਾਂ ਕਿ ਇਹ ਜਿਹੜਾ ਮੋਹਨਜੋਦੜੋ ਹੈ ਇਹ ਵੀ ਪੰਜਾਬ ਦਾ ਹਿੱਸਾ ਹੈ, ਇਹ ਵੀ ਪੰਜਾਬ, ਇੱਥੋਂ ਤੀਕਰ ਪੰਜਾਬ ਸੀ, ਔਰ ਹਿਮਾਚਲ ਪ੍ਰਦੇਸ਼ ਤੀਕਰ ਪੰਜਾਬ ਸੀ। ਇਵੇਂ ਹੀ ਉਰਦੂ ਸਪੀਕਿੰਗ ਦਾ ਹਾਲ ਹੈ, ਇਹ ਵੱਧਦੇ 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 ਅਕਲੀਅਤ 'ਚ ਉੱਥੋਂ ਆਏ ਸਨ, ਇਹਨਾਂ ਦੀ ਧਰਤੀ ਕੋਈ ਨਹੀਂ ਸੀ ਆਪਣੀ, ਇਹਨਾਂ ਨੂੰ ਇੱਥੇ ਆ ਕੇ ਮਾਨ ਸਮਾਨ ਮਿਲਿਆ, ਸਿੰਧੀਆਂ ਪਨਾਹ ਦਿੱਤੀ, ਪੰਜਾਬੀਆਂ ਪਨਾਹ ਦਿੱਤੀ, ਇਹਨਾਂ ਦੀ ਜ਼ੁਬਾਨ ਨੂੰ ਫੈਡਰੇਸ਼ਨ ਦੀ ਜ਼ੁਬਾਨ ਦਾ ਦਰਜਾ ਮਿਲਿਆ, ਜਦਕਿ ਉਹਦੀ ਕੁਆਲੀਫਿਕੇਸ਼ਨ 'ਚ ਨਾ ਤਾਂ ਉਹ ਰੋਜ਼ਗਾਰ ਦੀ ਜ਼ੁਬਾਨ ਹੈ, ਨਾ ਉਹ ਇੰਟਰਨੈਸ਼ਨਲ ਲੈਂਗੁਏਜ ਹੈ, ਨਾ ਹੀ ਉਹ ਇੰਟਰਨੈਸ਼ਨਲੀ ਪੰਜਾਬੀ ਨਾਲੋਂ ਵੱਡੀ ਜ਼ਬਾਨ ਹੈ। ਇਹਦੇ ਬਾਵਜੂਦ ਅਗਰ ਕੋਈ ਇਹ ਦੀਆਂ ਚੀਜ਼ਾਂ ਕਰੇ, ਹੁਣ ਦੇਖੋ ਅਗਰ ਸਾਡੇ ਵੱਡੇ ਵਿਚਾਰੇ ਘੱਟ ਪੜ੍ਹੇ ਲਿਖੇ ਸਨ, ਉਹ ਇਹਨਾਂ ਸਾਜ਼ਿਸ਼ਾਂ ਨੂੰ ਨਹੀਂ ਸਮਝ ਸਕੇ, ਅਤੇ ਇਹ ਕੋਈ ਸ਼ਰਤ ਹੈ ਕਿ ਨਸਲ ਦਰ ਨਸਲ ਇਹ ਸਾਜ਼ਿਸ਼ਾਂ ਸਮਝ ਨਹੀਂ ਆਉਣਗੀਆਂ? ਹੁਣ ਸਾਨੂੰ ਸਮਝ ਆਉਣੀਆਂ ਸ਼ੁਰੂ ਹੋ ਗਈਆਂ ਨੇ, ਉਹ ਵੀ ਇਸ ਉਮਰੇ ਆ ਕੇ। ਇਹ ਇੱਕ ਕਦਮ ਪੱਟਿਆ ਸੀ, ਉਹ ਜਿਵੇਂ ਜਿਵੇਂ ਪੈਰ ਪੱਟਦੇ ਗਏ ਉਵੇਂ ਉਵੇਂ ਰਾਜ਼ ਖੁੱਲ੍ਹਦੇ ਗਏ, ਉਵੇਂ ਉਵੇਂ ਚੀਜ਼ਾਂ ਸਮਝ ਆਉਂਦੀਆਂ ਹੈਗੀਆਂ। ਅਤੇ ਸ਼ੌਰ ਜਦੋਂ ਵੀ ਆਵੇ ਅੱਲਾ ਰੱਬ ਦੀ ਮਿਹਰ ਹੁੰਦੀ ਹੈ, ਉਹ ਸਾਨੂੰ ਹੁਣ ਆਇਆ ਇਸ ਉਮਰੇ ਆਇਆ, ਇਨਸ਼ਾਅੱਲਾ ਅਗਲੀ ਨਸਲ ਨੂੰ ਇਹ ਲੋੜ ਨਹੀਂ ਪਏਗੀ, ਉਹਨੂੰ ਇਹ ਸ਼ੌਰ ਪਹਿਲੇ ਤੋਂ ਦਿੱਤਾ ਜਾ ਚੁੱਕਿਆ ਹੋਏਗਾ ਕਿ ਤੁਹਾਡੀ ਮਾਂ ਬੋਲੀ ਨਾਲ, ਤੁਹਾਡੀ ਧਰਤੀ ਨਾਲ ਕੀ ਜ਼ਬਰ ਕੀ ਜ਼ੁਲਮ ਰਵਾ ਰੱਖੇ ਗਏ ਨੇ। ਕਿਸੇ ਆਖਿਆ ਜੀ ਤੁਸੀਂ ਉਰਦੂ 'ਤੇ ਇਤਰਾਜ਼ ਕਰਦੇ, ਤੁਸੀਂ ਅੰਗਰੇਜ਼ੀ 'ਤੇ ਪਾਬੰਦੀ ਦੀ ਗੱਲ ਕਿਉਂ ਨਹੀਂ ਕਰਦੇ? ਅਤੇ ਮੈਂ ਉਹਨਾਂ ਨੂੰ ਇਹੀ ਕਹਿ ਸਕਦਾ ਕਿ ਅੰਗਰੇਜ਼ੀ ਜਦੋਂ ਤੱਕ ਅੰਗਰੇਜ਼ ਸਾਮਰਾਜ ਸੀ ਉਦੋਂ ਤੱਕ ਉਹ ਕਾਬਲੇ ਤਨਕੀਦ ਸੀ,
ਹੁਣ ਇਸ ਪਾਕਿਸਤਾਨ ਦੇ ਵਿੱਚ ਜੇ ਮੇਰੀ ਮਾਂ ਬੋਲੀ ਮਾਰ ਕੇ, ਮੇਰੀ ਮਾਂ ਬੋਲੀ ਪੰਜਾਬੀ ਦਾ ਕਤਲ ਕਰਕੇ ਤੁਸੀਂ ਉਰਦੂ ਨਾਫਿਜ਼ ਕਰਨੀ ਸਕੂਲਾਂ 'ਚ, ਅਤੇ ਫਿਰ ਜ਼ਾਹਿਰ ਹੈ ਅੰਗਰੇਜ਼ੀ ਇਰਰੈਲੀਵੈਂਟ ਹੈ, ਫਿਰ ਰੈਲੀਵੈਂਟ ਸਾਡੇ ਲਈ ਉਰਦੂ ਹੈ। ਹੁਣ ਇਹ ਫੈਸਲਾ ਸਾਧ ਸੋਚਣ ਕਿ ਉਹਨਾਂ ਉਰਦੂ ਨੂੰ ਸਾਡੀ ਮਾਂ ਬੋਲੀ ਦੇ ਮੁਕਾਬਲੇ 'ਚ ਕਿਉਂ ਲਿਆ ਕੇ ਖੜ੍ਹਾ ਕੀਤਾ, ਇਹ ਤਨਾਜ਼ਿਆ ਕਿਉਂ ਪੈਦਾ ਕੀਤਾ? ਜੇ ਉਹ ਨਾ ਲਿਆ ਕੇ ਖੜ੍ਹਾ ਕਰਦੇ ਤਾਂ ਅਸੀਂ ਸ਼ਾਇਦ ਅੱਜ ਵੀ ਨਾ ਬੋਲਦੇ, ਲੇਕਿਨ ਹੁਣ ਖੜੀਏ ਸਾਹਮਣੇ ਅਤੇ ਅਸੀਂ ਅਹਿਮਕ ਨਹੀਂ ਹਾਂ, ਅਸੀਂ ਅਹਿਮਕ ਨਹੀਂ ਹਾਂ, ਪਾਗਲ ਨਹੀਂ ਹਾਂ। ਸਾਨੂੰ ਸਮਝ ਆਉਂਦੀ ਜੋ ਸਾਜ਼ਿਸ਼ ਹੋ ਰਹੀ ਹੈ, ਔਰ ਮੁੜ ਤੋਂ ਸਮਝ ਆਉਂਦੀ। ਅਤੇ ਇਸ ਕਰਕੇ ਬਿਹਤਰ ਹੈ ਕਿ ਤੁਸੀਂ ਸਾਡੀ ਮਾਂ ਬੋਲੀ ਨੂੰ ਜਗ੍ਹਾ ਦਿਓ, ਵਰਨਾ ਮੈਂ ਤਾਂ ਆਪਣੇ ਹਰ ਵੀਰ ਨੂੰ ਬੇਨਤੀ ਕਰਾਂਗਾ ਕਿ ਜਦੋਂ ਤੀਕਰ ਮਾਂ ਬੋਲੀ ਪੰਜਾਬੀ ਦਾ ਨਫਾਜ਼ ਨਹੀਂ ਹੁੰਦਾ, ਉਦੋਂ ਤੀਕਰ ਕਮ ਅਜ਼ ਕਮ ਸੋਸ਼ਲ ਮੀਡੀਆ 'ਤੇ ਬਾਈਕਾਟ ਕੀਤਾ ਜਾਏ। ਇਸ ਤੋਂ ਵੱਧ ਪੁਰਅਮਨ ਬਾਈਕਾਟ ਦੀ ਕੋਈ ਸੂਰਤ ਨਹੀਂ ਹੋ ਸਕਦੀ। ਤੁਸੀਂ ਉਰਦੂ ਦਾ ਬਾਈਕਾਟ ਕਰੋ, ਉਦੋਂ ਤੀਕਰ ਕੋਈ ਉਰਦੂ ਸਟੇਟਸ ਨਾ ਪੜ੍ਹੋ, ਕੋਈ ਉਰਦੂ ਮੈਸੇਜ ਨਾ ਲਿਖੋ, ਉਦੋਂ ਤੀਕਰ ਜਦੋਂ ਤੀਕਰ ਇਸ ਧਰਤੀ ਦੀ ਜ਼ਬਾਨ ਨੂੰ ਕਬੂਲੀਅਤ ਨਹੀਂ ਦਿੱਤੀ ਜਾਂਦੀ, ਇਹਨੂੰ ਇਹਦਾ ਮਾਨ ਸਮਾਨ ਨਹੀਂ ਮੋੜਿਆ ਜਾਂਦਾ। ਇੱਥੇ ਜਿਹੜਾ ਮੀਡੀਅਮ ਆਫ ਐਜੂਕੇਸ਼ਨ ਹੈ, ਤਾਲੀਮ ਹੈ, ਉਹ ਪੰਜਾਬੀ ਵਿੱਚ ਨਹੀਂ ਦਿੱਤੀ ਜਾਂਦੀ। ਅਸੀਂ ਸਾਡਾ ਇਹ ਕਤਨ ਮੁਤਾਲਬਾ ਨਹੀਂ ਕਿ ਪੰਜਾਬੀ ਤੀਕਰ ਮਜ਼ਮੂਨ ਦੇ ਤੌਰ 'ਤੇ ਪੰਜਵੀਂ ਤੀਕਰ ਪੰਜਾਬੀ ਪੜ੍ਹਾਈ ਜਾਏ, ਨਹੀਂ, ਪੰਜਾਬੀ ਤੀਕਰ ਤੁਸੀਂ ਬਾਕਾਇਦਾ ਹਰ ਮਜ਼ਮੂਨ ਪੰਜਾਬੀ 'ਚ ਪੜ੍ਹਾਓ, ਔਰ ਪੰਜਵੀਂ ਤੋਂ ਦਸਵੀਂ ਤੀਕਰ ਅਸੀਂ ਤੁਹਾਨੂੰ ਇਹ ਕਹਿ ਸਕਦੇ ਹਾਂ ਕਿ ਸ਼ੁਰੂ 'ਚ ਤੁਸੀਂ ਬੇਸ਼ੱਕ ਪੰਜਾਬੀ ਨੂੰ ਮਜ਼ਮੂਨ ਦੇ ਤੌਰ 'ਤੇ ਪੜ੍ਹਾਓ, ਔਰ ਪੰਜਾਬੀ ਦੀਆਂ ਸਾਰੀਆਂ ਬੋਲੀਆਂ ਪੰਜਵੀਂ ਤੀਕਰ ਪੜ੍ਹਾਓ, ਮਾਂ ਬੋਲੀਆਂ ਨੂੰ ਪੰਜਵੀਂ ਤੀਕਰ ਪੜ੍ਹਾਓ ਪੰਜਾਬ ਦੀਆਂ ਨੂੰ, ਔਰ ਉਸ ਤੋਂ ਬਾਅਦ ਪੰਜਵੀਂ ਤੋਂ ਲੈ ਕੇ ਦਸਵੀਂ ਤੀਕਰ ਪੰਜਾਬੀ ਅਦਬ ਪੜ੍ਹਾਓ, ਸੂਫੀਆ ਇਕਰਾਮ ਦਾ ਲਿਟਰੇਚਰ ਪੜ੍ਹਾਓ, ਤਾਂ ਕਿ ਹੋਰ ਸੂਫੀਆ ਇਕਰਾਮ ਦੇ ਜਿੰਨੇ ਮਿਆਰੀ ਲਿਟਰੇਚਰ ਹੋਰ ਇੱਥੇ ਲਿਖਣ ਜੋਗੇ ਹੋਣ ਪੰਜਾਬੀ। ਦੇਖੋ, ਸੂਫੀ ਬੁੱਲੇ ਸ਼ਾਹ ਸਾਹਿਬ ਦੀ ਗੱਲ ਕਰਾਂ ਮੈਂ, ਅਤੇ ਬਾਬਾ ਜੀ ਨੂੰ ਜ਼ਿੰਦਗੀ 'ਚ ਤਾਂ ਕਿਸੇ ਮਾਨ ਸਮਾਨ ਨਹੀਂ ਦਿੱਤਾ, ਉਹ ਕਿੰਨੀ ਦੇਰ ਬਾਅਦ ਜਾ ਕੇ ਉਹਨਾਂ ਦੀ ਲਿਖਤਾਂ ਦੀ ਪਜ਼ੀਰਾਈ ਹੋਈ, ਉਹਨਾਂ ਨੂੰ ਮੰਨਿਆ ਗਿਆ ਉਹਨਾਂ ਦੇ ਮਰਨ ਤੋਂ ਬਾਅਦ। ਅਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਸਿਲਸਿਲਾ ਇਵੇਂ ਹੀ ਕਾਇਮ ਰਹੇ, ਅਸੀਂ ਚਾਹੁੰਦੇ ਹਾਂ ਪੰਜਾਬ ਇੱਕ 18ਵੀਂ ਤਰਮੀਮ ਤੋਂ ਬਾਅਦ ਇੱਕ ਖੁਦਮੁਖਤਾਰ ਸੂਬਾ ਹੈ, ਆਪਣੀ ਐਜੂਕੇਸ਼ਨ ਦੇ ਲਿਹਾਜ਼ ਨਾਲ ਇੱਥੇ ਪੰਜਾਬੀ ਨਾਫਜ਼ ਕੀਤੀ ਜਾਏ, ਪੂਰੇ ਪੰਜਾਬ 'ਚ ਪੰਜਾਬੀ ਨਾਫਜ਼ ਕੀਤੀ ਜਾਏ, ਦਸਵੀਂ ਤੀਕਰ ਕੰਪਲਸਰੀ ਸਬਜੈਕਟ ਦੇ ਤੌਰ 'ਤੇ ਜਿਹਦੇ ਲਿਟਰੇਚਰ ਪੜ੍ਹਾਇਆ ਜਾਏ, ਔਰ ਪੰਜਵੀਂ ਤੀਕਰ ਮੀਡੀਅਮ ਦੇ ਤੌਰ 'ਤੇ ਪੰਜਾਬੀ ਮੀਡੀਅਮ ਸਕੂਲ ਹੋਣ। ਠੀਕ ਹੈ, ਤੁਸੀਂ ਪੰਜਵੀਂ ਤੋਂ ਬਾਅਦ ਪੜ੍ਹਾਉਣੀ ਚਾਹੁੰਦੇ ਹੋ ਆਪਣੀ ਫੈਡਰੇਸ਼ਨ ਦੀ ਜ਼ਬਾਨ, ਬਿਲਾ ਸ਼ੁਬਾ ਪੜ੍ਹਾਓ, ਕੋਈ ਸਾਨੂੰ ਉਹਦੇ 'ਤੇ ਇਤਰਾਜ਼ ਨਹੀਂ ਹੈ, ਲੇਕਿਨ ਪੰਜਵੀਂ ਤੀਕਰ ਨਿਆਣਿਆਂ ਦਾ ਹੱਕ ਹੈ, ਉਹਨਾਂ ਦਾ ਬੁਨਿਆਦੀ ਹੱਕ ਹੈ ਕਿ ਉਹ ਆਪਣੀ ਮਾਂ ਬੋਲੀ 'ਚ ਤਲੀਮ ਹਾਸਲ ਕਰਨ, ਔਰ ਉਹਨੂੰ ਦੁਨੀਆ ਦਾ ਹਰ ਅਦਾਲਤ ਮੰਨਦੀ ਹੈ, ਦੁਨੀਆ ਦਾ ਹਰ ਪੜ੍ਹਿਆ ਲਿਖਿਆ ਸਕਾਲਰ ਇਸ ਚੀਜ਼ ਨੂੰ ਬਿਹਤਰ ਸਮਝਦਾ ਮਾਦਰੀ ਜ਼ਬਾਨ 'ਚ ਤਲੀਮ ਨੂੰ। ਇਸ ਵਾਸਤੇ ਪੰਜਵੀਂ ਤੀਕਰ ਤਾਂ ਟੋਟਲੀ ਪੰਜਾਬੀ ਮੀਡੀਅਮ ਸਕੂਲ ਹੋਣੇ ਚਾਹੀਦੇ ਨੇ ਪੰਜਾਬ 'ਚ। ਬਾਕੀ ਸਾਨੂੰ ਇੱਥੇ ਸ਼ਨਾਖਤ ਕਾਰਡ ਵੀ ਸਾਡੇ ਪੰਜਾਬੀ 'ਚ ਚਾਹੀਦੇ ਨੇ, ਸਾਡੇ ਡੋਮੀਸਾਈਲ ਵੀ ਪੰਜਾਬੀ 'ਚ ਚਾਹੀਦੇ ਨੇ, ਸਾਨੂੰ FIR ਦੀ ਨਕਲ ਵੀ ਪੰਜਾਬੀ 'ਚ ਚਾਹੀਦੀ, ਇਹ ਸਾਰਾ, ਔਰ ਸਾਡੀ ਪੰਜਾਬੀ ਨੂੰ, ਸਾਡੀ ਮਾਂ ਬੋਲੀ ਨੂੰ ਸੂਬਾ ਪੰਜਾਬ ਦੀ ਕੌਮੀ ਜ਼ਬਾਨ ਦਾ ਦਰਜਾ ਦਿੱਤਾ ਜਾਏ, ਇਹ ਸਾਡੇ ਫੌਰੀ ਔਰ ਕਮ ਅਜ਼ ਕਮ ਮੁਤਾਲਬੇ ਨੇ। ਰੱਬ ਰੱਖ।